कुदरत ने सानू दिता सी साफ सुथरी हवा, पेड़ पौधे, हरियाली, साफ पानी। असी की किया पहला तो कुदरत के सीने चो बोर कर करके शहरों च पिंडा च बोर कर करके पानी चूस लिया कुदरत सीने के। उस तो बाद अं वह लाए फिल्टर। एक तो अं पैसे खर्च के फिल्टर लवाने हज़ार रुपये, कोई अफोर्ड भी नहीं कर सकता। नाल जो फिल्टर वाला पानी पीता जो नहीं भी पीता नाले बीमारियां अं खटते पे हाँ, वो करतूत साड़ी माड़ी है, कुदरत का वो कोई दोष नहीं। उस तो बाद कुदरत ने सानू साफ सुथरी हवा दी। असी की किया चल गड्डिया ते कारा ते कारा, एक्टिवा ते एक्टिवा, चल ट्रक ट्रकां ते ट्रक, बसा ते बसा करके वो जड़ा वधिया वातावरण बनिया सी कुदरत दा, अहीं उहदे च जहर घोलता पोल्यूशन के रूप च। अज अहीं कहिंदे आ कुदरत दा कर प्रकोप है, यह कुदरत दा प्रकोप नहीं है, यह साडा प्रकोप है जिहड़ा कुदरत ने झल्लिया वा। आ चंद्रयान तीन आपां चांद ते भेजा, तुसीं साडे लोकां दा दिमागी संतुलन वेखो किड्डा क माड़ा वा। जिहड़े प्लैनेट ते अहीं रहिंदे आ, पृथ्वी ते रहिंदे आ, इहनूं अहीं साफ सुथरा नहीं करन दे। चंद्रमा दे उत्ते पलाट खरीदण डए आ ते घर दे बाहर साडे कूड़े दा ढेर पिया वा, उह अहीं चुकाणा नहीं कदी, ते आपां पलाट अहीं चंद्रमा दे लैणा वा। किड्डी साडी इक दिमागी कह सकदे आ कि आपां इन्ने बेकार हो गए आ। साडा हिसाब जानवरों तो भी माड़ा हो गया, जानवर भी जिथे बहिंदा वा पूछ मार के बहिंदा, साडा बंदिआं दा हिसाब ते जानवरों तो भी। क्योंकि रब नूं कह रहे भी रब रब दा कह रहा है ਕਿਸਾ ਦੇ ਦਿਓ ਚੀਜ਼ ਨੂੰ, ਬਾਕੀ ਰੱਬ ਦਾ ਕਹਿ ਰਿਹਾ ਹੈ। ਅੱਛਾ, ਤਾਂ ਤੁਸੀਂ ਉਂਝ ਤਾਂ ਕਹਿੰਦੇ ਹੋ ਕਿ ਅਸੀਂ ਰੱਬ ਦੇ ਬਰਾਬਰ ਹੋ ਗਏ ਹਾਂ, ਸਾਇੰਸ ਦੇ ਰੱਬ ਤੋਂ ਵੀ ਗਾਂਹ ਚੱਲ ਗਈ ਹੈ, ਤੁਸੀਂ ਤੁਹਾਡਾ ਤਾਂ ਵੱਸ ਨਹੀਂ ਚੱਲਦਾ ਸਾਡਾ। ਜਿਹੜੇ ਲੋਕ ਨੇ ਉਹ ਜਿਹੜੀ ਕਾਇਨਾਤ ਜਿਹੜੀ ਕੁਦਰਤ ਬਣਾਈ ਉਸ ਪਰਮਾਤਮਾ ਨੇ, ਅਸੀਂ ਤਾਂ ਉਹਨੂੰ ਵੀ ਕਹਿੰਦੇ ਹਾਂ ਲਾ ਕੇ ਥੱਲੇ ਲੈ ਆਈਏ ਅਤੇ ਕੋਈ ਸ਼ੀਸ਼ੇ ਵਾਲੇ ਕਮਰੇ 'ਚ ਬੰਦ ਕਰ ਲਈਏ ਅਤੇ ਲੋਕਾਂ ਨੂੰ ਵਿਖਾਈਏ ਕਿ ਇਹੀ ਜੇ ਤੁਹਾਡਾ ਰੱਬ ਜਿਹਨੂੰ ਅਸੀਂ ਸ਼ੀਸ਼ੇ 'ਚ ਬੰਦ ਕਰ ਲਿਆ ਤੁਹਾਡਾ ਤਾਂ ਵੱਸ ਨਹੀਂ ਚੱਲਦਾ। ਸਾਇੰਸ ਨਾਲ ਇੰਨੀ ਤਰੱਕੀ ਨਹੀਂ ਸਾਇੰਸ ਨੇ ਕੀਤੀ ਕਿ ਉਹ ਪਰਮਾਤਮਾ ਦੇ ਨਾਲ ਮੱਥਾ ਲਾ ਦੇ, ਉਹਨਾਂ ਦੇ ਕਈ ਬ੍ਰਹਿਮੰਡ ਬਣਾਏ ਆ, ਅਸੀਂ ਉਹਦੇ ਨਾਲ ਮੱਥਾ ਨਹੀਂ ਲਾ ਸਕਦੇ। ਹਾਂ, ਉਹਦੇ ਜਿਹੜੇ ਸਾਨੂੰ ਦਿੱਤੇ ਸਰੋਤ ਆ, ਆਪਾਂ ਕਮ ਸੇ ਕਮ ਨੂੰ ਚੱਜ ਸਵਾਦ ਨਾਲ ਵਰਤੀਏ ਤਾਂ ਸਹੀ ਯਾਰ। ਅਸੀਂ ਤਾਂ ਬੇੜਾ ਹੀ ਗਰਕ ਕਰਤਾ, ਹੁਣ ਜਦੋਂ ਤੁਸੀਂ ਪ੍ਰਿਥਵੀ ਦੇ ਉੱਤੇ ਇੰਨਾ ਬੁਰਾ ਹਾਲ ਕਰ ਦਿਓ ਫਿਰ ਰਹਿਣਾ ਤਾਂ ਚਾਹੁੰਦੇ ਹੀ ਪੈਣਾ ਤੁਹਾਨੂੰ, ਅਤੇ ਜਿਹਨਾਂ ਕੋਲ ਸ਼ਾਹੂਕਾਰ ਜਿਹਨਾਂ ਕੋਲ ਜਾਨ ਹੈਗੇ ਆ, ਜਿਹਨਾਂ ਕੋਲ ਪੈਸੇ ਖਰਚ ਸਕਦੇ ਉਹ ਤਾਂ ਚੱਲ ਜਾਣਗੇ ਚੰਦਰਮਾ 'ਤੇ। ਅਸੀਂ ਗਰੀਬ ਲੋਕ ਕਿੱਥੇ ਜਾਵਾਂਗੇ, ਤੁਸੀਂ ਕਿੱਥੇ ਜਾਓਗੇ ਅਤੇ ਮੈਂ ਕਿੱਥੇ ਜਾਵਾਂਗਾ ਚੰਦਰਮਾ 'ਤੇ ਰਹਿਣ ਵਾਸਤੇ। ਚੰਦਰਮਾ 'ਤੇ ਪਲਾਟ ਕੱਢਣੇ ਆ ਅਤੇ ਸਾਡਾ ਹਾਲ ਕੀ ਕਰਤਾ ਕਿ ਅੱਗਾ ਦੌੜ ਅਤੇ ਪਿੱਛਾ ਚੌੜ ਕਰਤਾ। ਚੰਦਰਮਾ 'ਤੇ ਪਲਾਟ ਕੱਢਣੇ ਆ ਅਤੇ ਪ੍ਰਿਥਵੀ ਸਾਡੇ ਕੋਲ ਸਾਂਭ ਹੀ ਨਹੀਂ ਜਾਣ ਦੀ। ਜਿੱਥੇ ਸਾਨੂੰ ਲੋੜ ਸੀ ਉੱਥੇ ਅਸੀਂ ਬੰਦ ਤੋੜ ਲਿਆ, ਜਿੱਥੇ ਸਾਨੂੰ ਲੋੜ ਨਹੀਂ ਸੀ ਉੱਥੇ ਅਸੀਂ ਬੰਦ ਲਾ ਤਾ, ਦਰਿਆ ਨੂੰ ਕੁਦਰਤੀ ਪਾਣੀ ਨੂੰ ਅਸੀਂ ਬੰਦ ਲਾ ਤਾ। ਆਪਣੀ ਮਰਜ਼ੀ ਨਾਲ ਡੈਮ ਬਣਾ ਲਏ, ਆਪਣੇ ਬੱਤੀ ਦੇ ਫਾਇਦੇ ਲੈਣ ਵਾਸਤੇ ਆਪਾਂ ਪਾਣੀ ਨਾਲ ਛੇੜਛਾੜ ਕਰਨੀ ਸ਼ੁਰੂ ਕਰਤੀ। ਹੁਣ ਕੀ ਹੋਇਆ ਕਿ ਮਾਲਕ ਨੇ ਤਾਂ ਆਪਣਾ ਫਿਰ ਜਿਹੜਾ ਕੁਦਰਤ ਨੇ ਆਪਣਾ ਇੱਕ ਵਾਰੀ ਆਪਣਾ ਸਾਰਾ ਸਿਸਟਮ ਸੈੱਟ ਕਰਨਾ ਹੁੰਦਾ। ਕੇਦਾਰਨਾਥ ਵੇਖ ਲਓ, ਹੋਰ ਵੀ ਜਿੱਥੇ ਬਾੜ ਆਈ, ਕੁਦਰਤ ਨੇ ਇੱਕ ਵਾਰੀ ਗੰਦ ਦੀ ਸਫਾਈ ਕਰ ਦਿੰਦੀ, ਫਿਰ ਉਹਨਾਂ ਨੇ ਕੀਤੀ ਨਾ ਉਹ ਤੋਂ ਕੇਦਾਰਨਾਥ ਤੋਂ ਸਫਾਈ ਕਰ ਦਿੱਤੀ। ਇੱਕ ਵਾਰੀ ਜਿਹੜਾ ਅਸੀਂ ਆਪਾਂ ਲੋਕਾਂ ਨੇ ਜਾ ਕੇ ਉੱਥੇ ਪਵਿੱਤਰ ਜਗ੍ਹਾ ਦੇ ਉੱਤੇ ਗੰਦ ਪਾਇਆ ਸੀ ਨਾ, ਕੁਦਰਤ ਨੇ ਇੱਕ ਵਾਰੀ ਸਾਰੀ ਸਫਾਈ ਕਰਤੀ ਫਿਰ ਉੱਥੇ। ਅਸੀਂ ਲੋਕ ਪਤਾ ਕੀ ਹਾਂ, ਹੁਣ ਤੁਸੀਂ ਵੇਖਿਆ ਹੈਗਾ ਅੰਮ੍ਰਿਤਸਰ ਦੇ ਵਿੱਚ ਕੈਮਰੇ ਲੱਗਣ ਡੇ ਆ, ਕਹਿੰਦੇ ਆ ਆਟੋਮੈਟਿਕ ਬਿੱਲ ਘਰ ਆਇਆ ਕਰਨੇ ਆ, ਚਲਾਨ ਕਰਨ ਦੀ ਲੋੜ ਨਹੀਂ, ਚਲਾਨ ਸਿੱਧਾ ਕੱਟ ਕੇ ਤੁਹਾਡੇ ਘਰ ਆਉਣਾ। ਹੁਣ ਤੁਸੀਂ ਵੇਖਿਓ ਅੰਮ੍ਰਿਤਸਰ ਦਾ ਕੋਈ ਬੰਦਾ ਜੈਬਰਾ ਲਾਈਨ ਕਰੋਸ ਨਹੀਂ ਕਰੇਗਾ, ਭਾਵੇਂ ਉਹਨੂੰ ਜਿੰਨੀ ਮਰਜ਼ੀ ਜਲਦੀ ਹੋਵੇ, ਉਹਨੂੰ ਪਤਾ ਮੈਂ ਕਰੋਸ ਕੀਤੀ ਚਲਾਨ ਕੱਟ ਕੇ ਮੇਰੇ ਘਰ ਆ ਜਾਣਾ 2000 ਦਾ, ਅਤੇ ਮੈਂ ਕਿੱਥੋਂ ਪਰ। ਅਸੀਂ ਉਹ ਲੋਕ ਆ, ਅਸੀਂ ਜਿੰਨੀ ਦੇਰ ਸਾਡੇ ਸਿਰ ਦੇ ਉੱਤੇ ਛਿੱਤਰ ਕਹਿ ਲਓ ਜਾਂ ਡੰਡਾ ਕਹਿ ਲਓ ਕਾਇਮ ਨਹੀਂ ਨਾ ਹੋਏਗਾ, ਅਸੀਂ ਨਹੀਂ ਬਦਲਦੇ। ਅਤੇ ਐਵੇਂ ਬਿਆਨਬਾਜ਼ੀਆਂ ਦੇਈ ਜਾਣੀਆਂ ਜੀ ਅਸੀਂ ਰੋਕ ਲਾਂਗੇ, ਅਸੀਂ ਨਹੀਂ ਭੇਜਾਂਗੇ, ਅਤੇ ਪਾਣੀ ਤਾਂ ਉੱਦਾਂ ਤਰ੍ਹਾਂ ਹੀ ਜਾਣ ਡੇ। ਮੈਂ ਤਾਂ ਕੋਈ ਬੰਦ ਵੇਖੇ ਨਹੀਂ ਲੱਗੇ, ਕਦੇ ਤੁਸੀਂ ਦੇਖੇ ਕਿਤੇ ਬੰਦ, ਕਿਤੇ ਸਰਕਾਰ ਪੰਜਾਬ ਦੀ ਸਰਕਾਰ ਕਿਤੇ ਪਾਣੀ ਸਟੋਰ ਕਰਦੀ ਹੋਵੇ ਜਾਂ ਮੂੰਹ ਮੋੜਦਾ ਹੋਵੇ ਪਾਣੀ ਦਾ, ਕਹਿਣ ਦੀਆਂ ਇਹ ਗੱਲਾਂ ਵਾ ਪੁਰਾਣੀਆਂ ਸਰਕਾਰਾਂ ਵੀ ਬਿਆਨਬਾਜ਼ੀਆਂ ਕਰਦੀਆਂ ਸੀ, ਅਸੀਂ ਉਹਨੂੰ ਪਾਣੀ ਨਹੀਂ ਦੇਵਾਂਗੇ, ਉਹਨੂੰ ਉਹੀ ਉਹਨੂੰ ਪਾਣੀ ਦਵਾਂ, ਅਤੇ ਉਹ ਕਹਿੰਦੇ ਦੀਵੇ ਥੱਲੇ ਨੇਰਾ, ਉੱਤੇ ਬਿਆਨ ਕਰਨ ਡੇ ਥੱਲੇ ਪਾਣੀ ਲੰਘਣ ਡਿਆ ਵਾ, ਅਤੇ ਉੱਥੇ ਹੀ ਲੋਕ ਬਿਆਨ ਦੇਈ ਜਾਂਦੇ ਅਸੀਂ ਪਾਣੀ ਨਹੀਂ ਦੇਵਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੈ ਤੁਹਾਡਾ ਦੋਸਤ ਹਰਜੀਤ ਗਰੇਵਾਲ, ਅਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੀਆਂ, ਜਿੱਥੇ ਕਿ ਇੱਕ ਨੌਜਵਾਨ ਵੱਲੋਂ ਹੱਥ ਵਿੱਚ ਇੱਕ ਬੈਨਰ ਫੜ ਕੇ ਜਿਹੜਾ ਕਿ ਰਾਹਗੀਰ ਲੋਕਾਂ ਨੂੰ ਉਹ ਦੱਸ ਰਿਹਾ ਵਾ ਵੀ, ਅਤੇ ਬੈਨਰ 'ਤੇ ਲਿਖਿਆ ਹੋਇਆ ਵਾ ਵੀ ਕੁਦਰਤ ਦੀ ਇਸ ਤਬਾਹੀ ਦਾ ਜ਼ਿੰਮੇਵਾਰ ਕੌਣ ਹੈ, ਅਸੀਂ ਸਭ ਹਾਂ। ਤੁਸੀਂ ਦੇਖ ਰਹੇ ਹੋ ਜਿਹੜੀ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਨੇ, ਬੰਟੀ ਵੀਰ ਜੀ ਜਿਹੜੇ ਕਿ ਇੱਕ ਸਮਾਜ ਸੇਵੀ ਨੇ, ਹਮੇਸ਼ਾ ਲੋਕਾਂ ਦੇ ਸਮਾਜ ਸੇਵੀ ਕੰਮਾਂ ਦੇ ਗਾੜੀ ਆਉਂਦੇ ਨੇ ਜਦੋਂ ਕਿਸੇ ਮੁਸ਼ਕਲ ਪੈਂਦੀ ਆ। ਅੱਜ ਵੀ ਜਦੋਂ ਤਬਾਹੀ ਦਾ ਇਹ ਮੰਜ਼ਰ ਹੋਇਆ, ਸਾਡੇ ਪੰਜਾਬ ਦੀ ਗੱਲ ਕਰੀਏ, ਸਾਡੇ ਭਾਰਤ ਦੀ ਗੱਲ ਕਰੀਏ, ਜਿੱਥੇ ਕੁਦਰਤ ਦਾ ਕਹਿਰ ਹੋਇਆ ਵਾ, ਜਿੱਥੇ ਕਿ ਵੱਡੇ ਵੱਡੇ ਹੜ੍ਹ ਆ ਰਹੇ ਨੇ, ਪਿੰਡਾਂ ਦੇ ਪਿੰਡ ਜਿਹੜੇ ਕਿ ਉਹ ਰੁੜ ਰਹੇ ਨੇ, ਤਬਾਹ ਹੋ ਰਹੇ ਨੇ, ਉੱਥੇ ਇਹ ਜਿਹੜਾ ਨੌਜਵਾਨ ਆ ਬੰਟੀ ਵੀਰ ਜੀ, ਇਹਨਾਂ ਵੱਲੋਂ ਇਹ ਜਿਹੜਾ ਇੱਕ ਹੱਥਾਂ ਵਿੱਚ ਬੈਨਰ ਫੜ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬੰਟੀ ਵੀਰ ਦੇ ਨਾਲ। ਬੰਟੀ ਵੀਰ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ 'ਚ। ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਲੋਕ ਚੈਨਲ ਦਾ, ਕਹਿ ਸਕਦੇ ਹਾਂ ਕਿ ਸੱਚ ਦੀ ਆਵਾਜ਼ ਦਾ। ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ, ਜਿਹੜਾ ਤੁਸੀਂ ਅੱਜ ਦਾ ਇੱਕ ਮੇਰਾ ਛੋਟਾ ਜਿਹਾ ਉਪਰਾਲਾ ਸਾਥ ਦੇਣ ਵਾਸਤੇ ਆਏ ਹੋ, ਬੜਾ ਧੰਨਵਾਦ ਤੁਹਾਡਾ ਦਿਲ ਦੀ ਗਹਿਰਾਈ। ਵੀਰ ਜੀ, ਅਸੀਂ ਦੇਖਿਆ ਤੁਸੀਂ ਹੱਥਾਂ ਵਿੱਚ ਬੈਨਰ ਫੜਿਆ, ਫੜਨ ਦਾ ਕਾਰਨ ਕੀ ਹੈ ਬੈਨਰ ਦਾ, ਅਤੇ ਕੀ ਲਿਖਿਆ, ਕੀ ਹੈ, ਕੀ ਸਮਝਾਉਣਾ, ਕੀ ਚਾਹੁੰਦੇ ਹੋ ਲੋਕਾਂ ਨੂੰ, ਦਰਸ਼ਕਾਂ ਨੂੰ ਖੁੱਲ੍ਹ ਕੇ ਸਾਹਮਣੇ ਦੱਸਿਆ ਰਹੇ। ਗਰੇਵਾਲ ਸਾਹਿਬ ਦੇਖੋ,
ਕਹਿੰਦੇ ਆ ਕੁਦਰਤ ਨੂੰ ਜੋ ਅਸੀਂ ਦਵਾਂਗੇ ਕੁਦਰਤ ਨੇ ਮੋੜ ਕੇ ਸਾਨੂੰ ਦੇਣਾ ਵਾ, ਜੋ ਆਪਾਂ ਬੀਜਾਂਗੇ ਉਹੀ ਸਾਨੂੰ ਕੱਟਣਾ ਪੈਣਾ ਵਾ। ਕੁਦਰਤ ਨੇ ਸਾਨੂੰ ਦਿੱਤਾ ਸੀ ਸਾਫ਼ ਸੁਥਰੀ ਹਵਾ, ਪੇੜ ਪੌਦੇ, ਹਰਿਆਲੀ, ਸਾਫ਼ ਪਾਣੀ। ਅਸੀਂ ਕੀ ਕੀਤਾ, ਪਹਿਲਾਂ ਤਾਂ ਕੁਦਰਤ ਦੇ ਸੀਨੇ 'ਚੋਂ ਬੋਰ ਕਰ ਕਰਕੇ, ਸ਼ਹਿਰਾਂ 'ਚ ਪਿੰਡਾਂ 'ਚ ਬੋਰ ਕਰ ਕਰਕੇ ਪਾਣੀ ਚੂਸ ਲਿਆ ਕੁਦਰਤ ਦੇ ਸੀਨੇ ਦੇ ਵਿੱਚੋਂ। ਉਸ ਤੋਂ ਬਾਅਦ ਅਸੀਂ ਉਹਦਾ 'ਤੇ ਲਾਏ ਫਿਲਟਰ। ਇੱਕ ਤਾਂ ਅਸੀਂ ਪੈਸੇ ਖਰਚ ਕੇ ਫਿਲਟਰ ਲਵਾਉਂਦੇ ਹਾਂ, ਹਜ਼ਾਰਾਂ ਰੁਪਈਏ, ਕੋਈ ਫੋਰਡ ਵੀ ਨਹੀਂ ਕਰ ਸਕਦਾ। ਨਾਲ ਜਿਹੜਾ ਫਿਲਟਰ ਵਾਲਾ ਪਾਣੀ ਪੀਂਦਾ, ਜਿਹੜਾ ਨਹੀਂ ਵੀ ਪੀਂਦਾ, ਨਾਲੇ ਬਿਮਾਰੀਆਂ ਅਸੀਂ ਖੱਟਦੇ ਪਏ ਹਾਂ, ਉਹਦੀ ਕਰਤੂਤ ਸਾਡੀ ਮਾੜੀ ਹੈ, ਕੁਦਰਤ ਦਾ ਉਹਦੇ 'ਚ ਕੋਈ ਦੋਸ਼ ਨਹੀਂ। ਉਸ ਤੋਂ ਬਾਅਦ ਕੁਦਰਤ ਨੇ ਸਾਨੂੰ ਸਾਫ਼ ਸੁਥਰੀ ਹਵਾ ਦਿੱਤੀ, ਅਸੀਂ ਕੀ ਕੀਤਾ, ਚੱਲ ਗੱਡੀਆਂ 'ਤੇ ਕਾਰਾਂ 'ਤੇ ਕਾਰਾਂ, ਐਕਟਿਵਾ 'ਤੇ ਐਕਟਿਵਾ, ਚੱਲ ਟਰੱਕਾਂ 'ਤੇ ਟਰੱਕ, ਬੱਸਾਂ 'ਤੇ ਬੱਸਾਂ ਕਰਕੇ ਉਹ ਜਿਹੜਾ ਵਧੀਆ ਵਾਤਾਵਰਨ ਬਣਿਆ ਸੀ ਕੁਦਰਤ ਦਾ, ਅਸੀਂ ਉਹਦੇ 'ਚ ਜ਼ਹਿਰ ਘੋਲਤਾ ਪੋਲਿਊਸ਼ਨ ਦੇ ਰੂਪ 'ਚ। ਜਿਹੜੇ ਏਸੀ ਚੱਲਦੇ ਆ ਉਹਨਾਂ ਦੀ ਜਿਹੜੀ ਗਰਮੀ ਪੈਦਾ ਹੁੰਦੀ ਆ, ਕਾਰਾਂ ਦੇ ਜਿਹੜੇ ਏਸੀ ਚੱਲਦੇ ਆ, ਤੁਸੀਂ ਵੇਖੋ ਇੱਕ ਦੁਪਹਿਰ ਵੇਲੇ ਗੱਡੀ ਕੋਈ ਏਸੀ ਵਾਲੀ ਖਲੋਤੀ ਹੋਵੇ, ਤੁਸੀਂ ਉਹਨੂੰ ਹੱਥ ਨਹੀਂ ਲਾ ਸਕਦੇ, ਕਿੰਨੀ ਹੀਟ ਮਾਰਦੀ ਆ ਉਹ, ਅਤੇ ਤੁਸੀਂ ਦੇਖੋ ਵਾਤਾਵਰਨ 'ਚ ਕਿੰਨੀ ਹੀਟ ਪੈਦਾ ਕੀਤੀ ਹੋਏਗੀ ਉਸ ਨਾਲ। ਉਹ ਆਪਾਂ ਕੁਦਰਤ ਨੂੰ ਦਿੱਤਾ ਗਰਮ ਹਵਾ ਦਿੱਤੀ, ਇਹ ਪੋਲਿਊਸ਼ਨ ਦਿੱਤਾ, ਅਤੇ ਕੁਦਰਤ ਨੇ ਫਿਰ ਉਹ ਸਾਨੂੰ ਮੋੜ ਕੇ ਵਾਪਸ ਕਰਨਾ ਹੋਇਆ। ਅੱਜ ਅਸੀਂ ਕਹਿੰਦੇ ਹਾਂ ਕੁਦਰਤ ਦਾ ਪ੍ਰਕੋਪ ਹੈ, ਇਹ ਕੁਦਰਤ ਦਾ ਪ੍ਰਕੋਪ ਨਹੀਂ ਹੈ, ਇਹ ਸਾਡਾ ਪ੍ਰਕੋਪ ਹੈ ਜਿਹੜਾ ਕੁਦਰਤ ਨੇ ਝੱਲਿਆ ਵਾ। ਤੁਸੀਂ ਕੁਦਰਤ ਨੂੰ, ਜਦੋਂ ਤੁਹਾਨੂੰ ਕੁਦਰਤ ਨੇ ਸਾਫ਼ ਹਵਾ ਸਾਫ਼ ਪਾਣੀ ਦਿੱਤਾ, ਤੁਸੀਂ ਉਹਨੂੰ ਪਾਣੀ ਵੀ ਗੰਦਾ ਕਰਕੇ ਦੇਤਾ, ਤੁਸੀਂ ਵੇਖ ਲਓ ਸਾਡਾ ਹਿਸਾਬ ਜਾਨਵਰਾਂ ਤੋਂ ਵੀ ਮਾੜਾ ਹੋ ਗਿਆ। ਜਾਨਵਰ ਵੀ ਜਿੱਥੇ ਬਹਿੰਦਾ ਵਾ ਪੂਛ ਮਾਰ ਕੇ ਬਹਿੰਦਾ, ਸਾਡਾ ਬੰਦਿਆਂ ਦਾ ਹਿਸਾਬ ਤਾਂ ਜਾਨਵਰਾਂ ਤੋਂ ਵੀ। ਕਹਿੰਦੇ ਸਾਇੰਸ ਨੇ ਤਰੱਕੀ ਬੜੀ ਕਰ ਲਈ, ਮੈਂ ਕਹਿੰਦਾ ਸੀ ਦਿਮਾਗੀ ਤੌਰ 'ਤੇ ਅਪਾਹਜ ਅਤੇ ਇੰਨੇ ਬੇਸਹਾਰਾ ਹੋ ਗਏ ਹਾਂ ਕਿ ਨਹਿਰਾਂ 'ਚ ਪਾਣੀ ਸਾਨੂੰ ਸਾਫ਼ ਲਾਉਂਦੀ, ਅਸੀਂ ਨਹਿਰਾਂ 'ਚ ਕੂੜਾ ਸੁੱਟਣਾ ਸ਼ੁਰੂ ਕਰਤਾ। ਜੇ ਸਾਨੂੰ ਖੂਹਾਂ 'ਚੋਂ ਪਾਣੀ ਮਿਲਦਾ ਸੀ, ਖੂਹਾਂ 'ਚ ਅਸੀਂ ਗੰਦ ਸੋਨਾ ਸੁੱਟਣਾ ਸ਼ੁਰੂ ਕਰਤਾ। ਜਿਹੜਾ 25-30 ਫੁੱਟ ਦੇ ਉੱਤੇ ਆਸਾਨੀ ਨਾਲ ਪਾਣੀ ਮਿਲ ਜਾਂਦਾ ਸੀ ਅੱਜ ਤੋਂ 20-25 ਸਾਲ ਪਹਿਲਾਂ, ਉਹ ਅੱਜ ਅਸੀਂ 250-300 ਫੁੱਟ ਦੇ ਉੱਤੇ ਪਾਣੀ ਕਰਤਾ, ਕੋਈ ਸਾਡੀ ਬਹੁਤੀ ਵਧੀਆ ਉਪਲਬਧੀ ਨਹੀਂ ਹੈਗੀ ਹੈ। ਬੜੀ ਸ਼ਰਮਸਾਰ ਅਤੇ ਬੜੀ ਮਾੜੀ ਗੱਲ ਆ ਸਾਡੇ ਵਾਸਤੇ, ਇਨਸਾਨਾਂ ਨੂੰ, ਸਾਨੂੰ ਸਾਰਿਆਂ ਨੂੰ। ਮੈਂ ਵੀ ਵਿੱਚ ਹੀ ਆਉਂਦਾ ਵਾਂ, ਸਾਨੂੰ ਰਹਿਣ ਸਹਿਣ ਦਾ ਤਰੀਕਾ ਭੁੱਲ ਗਿਆ ਵਾ, ਤਾਂ ਹੀ ਕੁਦਰਤ ਸਾਡੇ ਨਾਲ ਇਹੋ ਜਿਹਾ ਵਰਤਾਵਾ ਕਰਦੀ ਪਈ ਹੈ। ਇਹਦੀ ਜ਼ਿੰਮੇਵਾਰ ਕੁਦਰਤ ਨਹੀਂ ਹੈ, ਅਸੀਂ ਖੁਦ ਜ਼ਿੰਮੇਵਾਰ ਇਸ ਚੀਜ਼ ਦੇ। ਬੰਟੀ ਵੀ ਅਸੀਂ ਦੇਖਿਆ ਵੀ ਜਿਵੇਂ ਤਬਾਹੀ ਹੋ ਰਹੀ ਆ, ਜਿਵੇਂ ਕਿਸੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਜਿਹੜੇ ਕਿ ਹੜ੍ਹ ਆ ਰਿਹਾ, ਹੜ੍ਹਾਂ ਦੇ ਨਾਲ ਕਈਆਂ ਘਰਾਂ ਦੇ ਘਰ ਤੱਕ ਰੁੜ ਗਏ ਨੇ। ਅਸੀਂ ਦੇਖਿਆ ਵੀ ਲੋਕ ਇਹੋ ਕਹਿੰਦੇ ਨੇ ਵੀ ਇਹ ਰੱਬ ਦੀ ਕਰੋਪੀ ਆ, ਕਹਿ ਲਓ ਵੀ ਰੱਬ ਦੇ ਵੱਲੋਂ ਕੀਤਾ ਜਾ ਰਿਹਾ ਸਾਰਾ, ਲੋਕ ਰੱਬ ਨੂੰ ਕਹਿ ਰਹੇ ਵੀ ਰੱਬ ਦਾ ਕਹਿ ਰਿਹਾ ਏ, ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ, ਵਾਕਿਆ ਰੱਬ ਦਾ ਕਹਿ ਰਿਹਾ ਏ? ਅੱਛਾ, ਅਤੇ ਤੁਸੀਂ ਉਂਝ ਤਾਂ ਕਹਿੰਦੇ ਹੋ ਕਿ ਅਸੀਂ ਰੱਬ ਦੇ ਬਰਾਬਰ ਹੋ ਗਏ ਹਾਂ, ਸਾਇੰਸ ਦੇ ਰੱਬ ਤੋਂ ਵੀ ਗਾਂਹ ਚੱਲ ਗਈ ਹੈ, ਤੁਸੀਂ ਤੁਹਾਡਾ ਤਾਂ ਵੱਸ ਨਹੀਂ ਚੱਲਦਾ ਸਾਡਾ, ਜਿਹੜੇ ਲੋਕ ਨੇ ਉਹ ਜਿਹੜੀ ਕਾਇਨਾਤ, ਜਿਹੜੀ ਕੁਦਰਤ ਬਣਾਈ ਉਸ ਪਰਮਾਤਮਾ ਨੇ, ਅਸੀਂ ਤਾਂ ਉਹਨੂੰ ਵੀ ਕਹਿੰਦੇ ਹਾਂ ਲਾ ਕੇ ਥੱਲੇ ਲਿਆਈਏ ਅਤੇ ਕੋਈ ਸ਼ੀਸ਼ੇ ਵਾਲੇ ਕਮਰੇ 'ਚ ਬੰਦ ਕਰ ਲਈਏ ਅਤੇ ਲੋਕਾਂ ਨੂੰ ਵਹਾਈਏ ਕਿ ਇਹੀ ਜੇ ਤੁਹਾਡਾ ਰੱਬ ਜਿਹਨੂੰ ਅਸੀਂ ਸ਼ੀਸ਼ੇ 'ਚ ਬੰਦ ਕਰ ਲਿਆ ਵਾ, ਤੁਹਾਡਾ ਤਾਂ ਵੱਸ ਨਹੀਂ ਚੱਲਦਾ। ਤੁਸੀਂ ਦੇਖੋ ਆਹ ਚੰਦਰਯਾਨ ਤਿੰਨ ਆਪਾਂ ਚਾਂਦ 'ਤੇ ਭੇਜਿਆ, ਤੁਸੀਂ ਸਾਡੇ ਲੋਕਾਂ ਦਾ ਦਿਮਾਗੀ ਸੰਤੁਲਨ ਵੇਖੋ ਕਿੱਡਾ ਕੁ ਮਾੜਾ ਵਾ। ਜਿਹੜੇ ਪਲੈਨਟ 'ਤੇ ਅਸੀਂ ਰਹਿੰਦੇ ਹਾਂ, ਪ੍ਰਿਥਵੀ 'ਤੇ ਰਹਿੰਦੇ ਹਾਂ, ਇਹਨੂੰ ਅਸੀਂ ਸਾਫ਼ ਸੁਥਰਾ ਨਹੀਂ ਕਰਨ ਡੇ, ਚੰਦਰਮਾ ਦੇ ਉੱਤੇ ਪਲਾਟ ਖਰੀਦਣ ਡਏ ਹਾਂ ਅਤੇ ਘਰ ਦੇ ਬਾਹਰ ਸਾਡੇ ਕੂੜੇ ਦਾ ਢੇਰ ਪਿਆ ਵਾ, ਉਹ ਅਸੀਂ ਚੁਕਾਉਣਾ ਨਹੀਂ ਕਦੀ, ਅਤੇ ਆਪਾਂ ਪਲਾਟ ਅਸੀਂ ਚੰਦਰਮਾ 'ਤੇ ਲੈਣਾ ਵਾ। ਕਿੱਡੀ ਸਾਡੀ ਇੱਕ ਦਿਮਾਗੀ ਕਹਿ ਸਕਦੇ ਹਾਂ ਕਿ ਆਪਾਂ ਇੰਨੇ ਬੇਕਾਰ ਹੋ ਗਏ ਹਾਂ ਕਿ ਜੇ ਸਾਨੂੰ ਇਸ ਪਰਮਾਤਮਾ ਨੇ ਇਹ ਪਲੈਨਟ ਦਿੱਤਾ, ਪ੍ਰਿਥਵੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹ 'ਚ ਉਹਨੇ ਸਾਨੂੰ ਪਾਣੀ ਸਭ ਕੁਝ ਦਿੱਤਾ, ਆਪਾਂ ਕੁਝ ਨਹੀਂ ਕੀਤਾ ਇਹਦੇ 'ਚ, ਅਸੀਂ ਉਹਨੂੰ ਸਵਾਰਨ ਦੀ ਬਜਾਏ ਵਿਗਾੜਨਾ ਸ਼ੁਰੂ ਕਰਤਾ। ਫੋਰਨ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਉੱਥੇ ਕੰਮ ਉੱਥੇ ਚੰਗੇ ਆਪਣੇ ਫਾਇਦੇ ਦੇ ਉਹੀ ਕਰ ਲੈਂਦੇ ਹਾਂ। ਤੁਸੀਂ ਵੇਖੋ ਫੋਰਨ ਦੇ ਵਿੱਚ ਪਬਲਿਕ ਟਰਾਂਸਪੋਰਟ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ, ਲੋਕ ਆਪਣੀਆਂ ਕਾਰਾਂ ਐਕਟਿਵਾ ਲੈਣਾ ਉੱਥੇ ਪਸੰਦ ਨਹੀਂ ਕਰਦੇ, ਪਬਲਿਕ ਟਰਾਂਸਪੋਰਟ ਦੇ ਵਿੱਚ ਜਾਣਾ ਪਸੰਦ ਕਰਦੇ ਆ। ਅਤੇ ਸਾਡੇ ਭਾਰਤ ਦੇ ਵਿੱਚ ਕੀ ਚੱਲਦਾ ਵਾ, ਪੰਜਾਬ 'ਚ ਵੀ ਕੀ ਚੱਲਦਾ, ਜੇ ਅਸੀਂ ਘਰ ਦੇ ਦੂਸਰੇ ਜਗ੍ਹਾ 'ਤੇ ਵੀ ਜਾਣਾ ਤਾਂ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਹੀ ਕਰਦੇ, ਯਾਰ ਬੇਇੱਜ਼ਤੀ ਹੋ ਜਾਏਗੀ ਯਾਰ, ਅਲੱਗ ਅਲੱਗ ਆਟੋ 'ਚ ਆ ਗਿਆ, ਬੱਸ 'ਚ ਆ ਗਿਆ, ਟ੍ਰੇਨ 'ਚ ਆਇਆ ਵਾ, ਅਸੀਂ ਘਰੋਂ ਗੱਡੀ ਕੱਢਦੇ ਹਾਂ, ਨਾਲੇ ਤਾਂ 500 ਦਾ ਤੇਲ ਪਾਉਂਦੇ ਹਾਂ, ਨਾਲੇ ਪੋਲਿਊਸ਼ਨ ਕ੍ਰੀਏਟ ਕਰਦੇ ਹਾਂ, ਗਰਮੀ ਕ੍ਰੀਏਟ ਕਰਦੇ ਹਾਂ, ਜਿਹਦਾ ਖਾਮਿਆਜ਼ਾ ਸਾਨੂੰ ਅਜੇ ਕੁਛ ਨਹੀਂ ਮਿਲਿਆ। ਹੋ ਸਕਦਾ ਵਾ ਇਹ ਖਬਰ ਵੇਖ ਕੇ ਕਈਆਂ ਦੇ ਮਨ ਨੂੰ ਹੋਏਗਾ ਕਿ ਯਾਰ ਸਾਡੇ ਘਰ ਬਾਹਰ ਰੁੜ ਗਏ, ਸਾਡੇ ਘਰ ਦੇ ਵਿੱਚ ਪਾਣੀ ਆ ਗਿਆ ਅਤੇ ਇਹ ਬੰਦੇ ਨੇ ਕੀ ਕੀਤਾ ਖਬਰ। ਉੱਥੇ ਸਾਡੇ ਰਿਸ਼ਤੇਦਾਰ ਵੀ ਰਹਿੰਦੇ ਆ, ਉਹਨਾਂ ਨੂੰ ਵੀ ਪ੍ਰੋਬਲਮਾਂ ਹੋਈਆਂ, ਕੱਲ੍ਹ ਨੂੰ ਇੱਥੇ ਵੀ ਪਾਣੀ ਆ ਸਕਦਾ ਜੀ ਅੰਮ੍ਰਿਤਸਰ, ਸਾਡੇ ਘਰਾਂ 'ਚ ਵੀ ਵੜ ਸਕਦਾ ਜੀ, ਹੜ੍ਹ ਕੋਈ ਹੈ ਕਿਸੇ ਦਾ ਕੋਈ ਲਿਖਿਆ ਥੋੜ੍ਹਾ ਵਾ। ਦੇਖੋ ਜੀ, ਕੁਦਰਤ ਜਦੋਂ ਪਿਆਰ ਸਾਰਿਆਂ ਨੂੰ ਵੰਡ ਕੇ ਦਿੰਦੀ ਹੈ ਨਾ, ਅਤੇ ਜਦੋਂ ਕੁਦਰਤ ਤਬਾਹੀ ਕਰਦੀ ਆ, ਉਹ ਨਹੀਂ ਵੇਖਦੀ ਕਿ ਅੱਗੇ ਗਰੀਬ ਹੈ, ਅਮੀਰ ਹੈ, ਗਰੀਬ ਬਜ਼ੁਰਗ ਹੈ, ਬੱਚਾ ਵੈ, ਮੰਦਿਰ ਹੈ, ਗੁਰਦੁਆਰਾ, ਮਸੀਤ ਹੈ, ਉਹਨਾਂ ਸਭ ਕੁਝ ਰੋੜ ਦੇਣਾ ਵਾ। ਸੋ ਇਹ ਨਹੀਂ ਕਿ ਕਹਿੰਦਾ ਪਿਆ ਕਿ ਤੁਹਾਨੂੰ ਪਾਣੀ ਆ ਗਿਆ ਅਤੇ ਤੁਸੀਂ, ਮੈਂ ਖਬਰ ਕਰਨ ਡਿਆ, ਮੈਂ ਤੁਹਾਨੂੰ ਇੱਕ ਆਈਨਾ ਦਿਖਾਉਣਾ ਪਿਆ, ਇਹ ਸ਼ੀਸ਼ਾ ਹੀ, ਇਹ ਮੈਂ ਤੁਹਾਨੂੰ ਸ਼ੀਸ਼ਾ ਵਹਾਨਾ ਪਿਆ। ਜੇ ਆਪਾਂ ਹੁਣ ਵੀ ਨਾ ਸੰਭਲੇ, ਜੇ ਅਸੀਂ ਜਿਹੜੇ ਕੁਦਰਤੀ ਸਰੋਤ ਹੈਗੇ ਆ, ਜਿਹੜੇ ਉਸ ਪਰਮਾਤਮਾ ਨੇ ਸਾਨੂੰ ਬਖਸ਼ੇ ਆ, ਉਹਨਾਂ ਨਾਲ ਆਡੇ ਲਾਉਣ ਦੀ ਬਜਾਏ ਮਾਲਕ ਨੂੰ, ਜਿਹੜਾ ਉਹ ਪਰਮਾਤਮਾ ਜਿਹਨੇ ਸਭ ਕੁਝ ਦਿੱਤਾ, ਉਹਨੂੰ ਆਪਾਂ ਵਾਰ ਵਾਰ ਸ਼ੋਅ ਕਰਦੇ ਹਾਂ ਕਿ ਤੂੰ ਤਾਂ ਕੁਛ ਵੀ ਨਹੀਂ, ਤਾਂ ਅਸੀਂ ਸਭ ਕੁਛ ਹੈਗੇ ਹਾਂ। ਸਾਇੰਸ
ਤਾਂ ਦੇਖੋ ਅਸੀਂ ਦੇਖਿਆ ਵੀ ਕਹਿੰਦੇ ਵੀ 21ਵੀਂ ਸਦੀ ਚੱਲ ਰਹੀ ਹੈ, ਕਹਿੰਦੇ ਤਰੱਕੀ ਕਰ ਰਿਹਾ, ਜਿਵੇਂ ਤੁਸੀਂ ਗੱਲ ਕੀਤੀ ਆ, ਕਹਿੰਦੇ ਸਾਇੰਸ ਬਹੁਤ ਤਰੱਕੀ ਕਰ ਰਹੀ ਆ, ਕਹਿੰਦੇ ਹਰ ਇੱਕ ਚੀਜ਼ ਨੂੰ ਜਿਹੜਾ ਕਿ ਲੋਕਾਂ ਨੂੰ ਨੇੜੇ ਲਿਆ ਕੇ ਦਿਖਾਇਆ ਜਾ ਰਿਹਾ, ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਆਹ ਕੁਦਰਤ ਦੇ ਰੰਗ ਨੇ, ਆਹ ਪਰਮਾਤਮਾ ਨੇ, ਇਸ ਤਰ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਹਿੰਦੇ ਖੋਜਾਂ ਕੀਤੀਆਂ ਜਾ ਰਹੀਆਂ। ਕੀ ਲੱਗਦਾ ਇਸ ਤਰ੍ਹਾਂ ਦੀਆਂ ਖੋਜਾਂ ਜਿਹੜੀਆਂ ਕੀ ਕਰਦੇ ਨੇ, ਜਿੱਥੇ ਕੁਦਰਤ ਦਾ ਖਿਲਵਾੜ ਹੁੰਦਾ, ਕਿਤੇ ਕਿਤੇ ਨੁਕਸਾਨ ਹੁੰਦਾ ਸਾਡੇ ਦੁਨੀਆ ਦਾ, ਨੁਕਸਾਨ ਵੀ ਹੁੰਦਾ। ਤੁਸੀਂ ਸਾਇੰਸ ਦੀ ਗੱਲ ਕੀਤੀ ਹੈ, ਦੇਖੋ ਸਾਇੰਸ ਕਿੱਡੀ ਤਗੜੀ ਹੈ ਕਿ ਅਸੀਂ ਕਿੱਡੇ ਬੇਵਕੂਫ ਲੋਕ ਹਾਂ। ਤੁਹਾਨੂੰ ਪਤਾ ਇੱਕ ਸਿਗਰਟ ਦੇ ਖੋਖੇ ਜਿਹੜੇ ਬਣਦੇ ਨਾ, ਸਿਗਰਟ ਦੇ ਖੋਖੇ ਬਣਾਉਣ ਵਾਸਤੇ ਹਜ਼ਾਰਾਂ ਪੇੜ ਕੱਟੇ ਜਾਂਦੇ ਸਾਲ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਦੀ ਗੱਲ ਕਰ ਰਹੇ ਹਾਂ। ਤੁਸੀਂ RTI ਪਾ ਕੇ ਚੈੱਕ ਕਰ ਸਕਦੇ, ਹਜ਼ਾਰਾਂ ਪੇੜ ਸਿਗਰਟ ਦੇ ਖੋਖੇ ਬਣਾਉਣ ਵਾਸਤੇ। ਮੈਨੂੰ ਦੱਸੋ ਇਹ ਕਿਹੜੀ ਤਰੱਕੀ ਹੈ ਕਿ ਪੇੜ ਕੱਟ ਕੇ ਸਿਗਰਟ ਦੇ ਖੋਖੇ ਬਣਾਏ ਜਾਂਦੇ, ਇਹਨੂੰ ਵਿਕਾਸ ਕਹਾਂਗੇ ਆਪਾਂ? ਸਾਇੰਸ ਦੀਆਂ ਆਪਾਂ ਗੱਲਾਂ ਕਰਦੇ, ਤਰੱਕੀ ਦੀਆਂ ਆਪਾਂ ਗੱਲਾਂ ਕਰਦੇ ਹਾਂ, ਸਾਡੇ ਘਰ ਦੇ ਬਾਹਰ ਤਾਂ ਅਸੀਂ ਕੂੜਾ ਚੁੱਕ ਕੇ ਵੇਖਦੇ ਹਾਂ, ਪਿੱਛੇ ਨਹਿਰ ਵਗਣ ਡਈ ਆ, ਚੱਕ ਕੂੜਾ ਦੀ ਢੇਰੀ ਸਿੱਧੀ ਨਹਿਰ ਦੇ ਵਿੱਚ, ਚੱਕ ਕੂੜਾ ਚੁੱਕ ਕੇ ਖੂਹ ਦੇ ਵਿੱਚ ਪਾ ਦਿੰਦੇ ਹਾਂ, ਇਹ ਅਸੀਂ ਸਾਇੰਸ ਦੀ ਤਰੱਕੀ ਕਹਾਂਗੇ। ਸਾਇੰਸ ਦੀ ਤਰੱਕੀ ਦਾ ਫਾਇਦਾ ਤਾਂ ਹੈ ਜੇ ਅਸੀਂ ਆਲੇ ਦੁਆਲੇ ਸਵਾਰੀਏ, ਕੋਈ ਬੂਟੇ ਲਾਈਏ, ਉਹ ਇੱਥੇ ਜੜਾ ਲੱਗਾ ਪੇੜ ਪੌਦੇ ਵੱਢਣ ਨੂੰ ਲੱਗਾ। ਕਦੀ ਤੁਸੀਂ ਕਿਸੇ ਨੂੰ ਲਾਉਂਦੇ ਵੀ ਵੇਖਿਆ? ਇੱਕ ਪੌਦਾ ਲਾਉਣਗੇ ਤਾਂ 100 ਵੀਡੀਓ ਬਣਾਉਂਦੇ, 100 ਫੋਟੋਆਂ ਬਣਦੇ ਜੀ ਪੌਦੇ ਲਾਏ, ਜਿਹੜੇ ਚੁੱਪ ਚਪੀਤੇ ਲੱਕੜ ਦੇ ਕੰਮਾਂ ਵਾਸਤੇ, ਕਾਗਜ਼ ਬਣਾਉਣ ਵਾਸਤੇ ਜਿਹੜੇ ਹਜ਼ਾਰਾਂ ਪੇੜ ਕੱਟੇ ਜਾਂਦੇ ਆ। ਇੱਕ ਪੇੜ ਕੱਟ ਕੇ ਜਦੋਂ ਆਪਾਂ 20-25 ਸਾਲ, ਉਹ ਪੇੜ ਉਹਦੇ ਬਰਾਬਰ ਦੀ 25 ਸਾਲ ਲੱਗ ਜਾਂਦੇ ਆ, ਤਾਂ ਅਸੀਂ ਕਿੰਨੇ ਪਿੱਛੇ ਚਲੇ ਗਏ? ਅਸੀਂ 25 ਸਾਲ ਪਿੱਛੇ ਚਲੇ ਗਏ ਇੱਕ ਪੇੜ ਵੱਢ ਕੇ। ਪੇੜ ਵੱਢਦਿਆਂ ਦੀ ਤਾਂ ਵੀਡੀਓ ਕੋਈ ਨਹੀਂ ਬਣਾਉਂਦਾ ਕਿ ਅਸੀਂ ਇੰਨੇ ਪੇੜ ਵੱਢਤੇ, ਇੱਕ ਪੇੜ ਲਾਉਣ ਦੀ ਤਾਂ 100 ਵੀਡੀਓ ਅਤੇ 100 ਫੋਟੋਆਂ ਪੈਂਦੀਆਂ ਫੇਸਬੁੱਕਾਂ ਦੇ ਉੱਤੇ, ਇੱਦਾਂ ਕੰਮ ਨਹੀਂ ਚੱਲਣਾ। ਸਾਨੂੰ ਸਾਰਿਆਂ ਨੂੰ ਇੱਕ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਕਿ ਜੇ ਆਪਾਂ ਉਸ ਮਾਲਕ ਦੇ ਨਾਲ ਮੱਥਾ ਲਾਵਾਂਗੇ, ਉਹਦੇ ਸਰੋਤਾਂ ਦੇ ਨਾਲ ਪੰਗੇ। ਹੁਣ ਤੁਸੀਂ ਗੱਲ ਕਰਦੇ ਹੜ੍ਹਾਂ ਦੀ, ਦੇਖੋ ਹੁੰਦਾ ਕੀ ਪਿਆ, ਕੁਦਰਤੀ ਦਰਿਆ ਆਣ ਡੇ ਆ, ਕੁਦਰਤੀ ਪਹਾੜਾਂ ਦੇ ਵਿੱਚੋਂ ਆਪਣੇ ਆਪ ਦਰਿਆਵਾਂ ਨਾਲ ਰਸਤੇ ਬਣਾਏ, ਆਪਣੇ ਪੁਰਾਣੇ ਯੁੱਗਾਂ ਦੇ ਬਣਾਏ, ਤੁਹਾਡੇ ਜਨਮਾਂ ਤੋਂ ਹੀ ਪਹਿਲਾਂ ਤਾਂ ਉਹ ਪਾਣੀ ਵਗਦੇ ਪਏ ਦਰਿਆਵਾਂ 'ਚ। ਆਪਾਂ ਕੀ ਕੀਤਾ, ਜਿੱਥੇ ਸਾਨੂੰ ਲੋੜ ਸੀ ਉੱਥੇ ਅਸੀਂ ਬੰਦ ਤੋੜ ਲਿਆ, ਜਿੱਥੇ ਸਾਨੂੰ ਲੋੜ ਨਹੀਂ ਸੀ ਉੱਥੇ ਅਸੀਂ ਬੰਦ ਲਾ ਤਾ ਦਰਿਆ ਨੂੰ, ਕੁਦਰਤੀ ਪਾਣੀ ਨੂੰ ਅਸੀਂ ਬੰਦ ਲਾ ਤਾ, ਆਪਣੀ ਮਰਜ਼ੀ ਨਾਲ ਡੈਮ ਬਣਾ ਲਏ, ਆਪਣੇ ਬੱਤੀ ਦੇ ਫਾਇਦੇ ਲੈਣ ਵਾਸਤੇ ਆਪਾਂ ਪਾਣੀ ਨਾਲ ਛੇੜਛਾੜ ਕਰਨੀ ਸ਼ੁਰੂ ਕਰਤੀ। ਹੁਣ ਕੀ ਹੋਇਆ ਕਿ ਮਾਲਕ ਨੇ ਤਾਂ ਆਪਣਾ, ਫਿਰ ਜਿਹੜਾ ਕੁਦਰਤ ਨੇ ਆਪਣਾ ਇੱਕ ਵਾਰੀ ਆਪਣਾ ਸਾਰਾ ਸਿਸਟਮ ਸੈੱਟ ਕਰਨਾ ਹੁੰਦਾ, ਕੇਦਾਰਨਾਥ ਵੇਖ ਲਓ, ਹੋਰ ਵੀ ਜਿੱਥੇ ਬਾੜ ਆਈ, ਕੁਦਰਤ ਨੇ ਇੱਕ ਵਾਰੀ ਗੰਦ ਦੀ ਸਫਾਈ ਕਰ ਦਿੰਦੀ, ਫਿਰ ਉਹਨਾਂ ਨੇ ਕੀਤੀ ਨਾ ਉੱਤੋਂ ਕੇਦਾਰਨਾਥ ਤੋਂ ਸਫਾਈ ਕਰ ਦਿੱਤੀ ਇੱਕ ਵਾਰੀ, ਜਿਹੜਾ ਅਸੀਂ ਆਪਾਂ ਲੋਕਾਂ ਨੇ ਜਾ ਕੇ ਉੱਥੇ ਪਵਿੱਤਰ ਜਗ੍ਹਾ ਦੇ ਉੱਤੇ ਗੰਦ ਪਾਇਆ ਸੀ ਨਾ, ਕੁਦਰਤ ਨੇ ਇੱਕ ਵਾਰੀ ਸਾਰੀ ਸਫਾਈ ਕਰਤੀ ਫਿਰ ਉੱਥੇ। ਇਸ ਤਰ੍ਹਾਂ ਹੀ ਹੁੰਦਾ ਜੇ ਆਪਾਂ ਹਜੇ ਵੀ ਨਾ ਸਮਝਾਂਗੇ, ਜੇ ਪਾਣੀ ਸਰੋਤ ਨੂੰ, ਜੇ ਹਵਾ ਦੇ ਸਰੋਤ ਨੂੰ ਆਪਾਂ ਤਰੀਕੇ ਨਾਲ ਕੁਦਰਤ ਦੇ ਰੱਬ ਦੇ ਦਿੱਤੇ ਉਹਨੂੰ ਨਹੀਂ ਵਰਤਾਂਗੇ, ਤਾਂ ਸਾਨੂੰ ਇਹਦਾ ਬੜਾ ਵੱਡਾ ਹਰਜਾਨਾ ਭੁਗਤਣਾ ਪਏਗਾ। ਮੈਂ ਇੱਕ ਸ਼ੀਸ਼ਾ ਵਹਾਉਣਾ ਚਾਹੁੰਦਾ ਵਾਂ ਸਰਕਾਰਾਂ ਨੂੰ ਵੀ, ਆਮ ਆਪਣੇ ਭੈਣ ਭਰਾਵਾਂ ਨੂੰ ਵੀ, ਕਿ ਜੇ ਸਾਨੂੰ ਮਾਲਕ ਨੇ ਗੱਡੀਆਂ ਦਿੱਤੀਆਂ, ਮੋਟਰਸਾਈਕਲ ਦਿੱਤੇ ਆ, ਉਹਦੀ ਵਰਤੋਂ ਜਿਹੜੀ ਆ ਇੱਕ ਚੱਜ ਦੇ ਢੰਗ ਨਾਲ ਕਰੀਏ। ਜੇ ਸਾਡੇ ਘਰ 'ਚ ਇੱਕ ਗੱਡੀ ਨਾਲ ਸਰਦਾ ਵਾ ਤਾਂ ਅਸੀਂ 4 ਗੱਡੀਆਂ ਨਾ ਲਿਆਈਏ। ਵੱਡੀ ਵੀ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਦੇਖਿਆ ਵੀ ਜਿਵੇਂ 2019 'ਚ ਵੀ ਹੜ੍ਹ ਆਇਆ ਸੀ, ਉਦੋਂ ਵੀ ਬੜੀ ਪੰਜਾਬ ਦੀ ਤਬਾਹੀ ਹੋਈ ਸੀ, ਉਦੋਂ ਵੀ ਅਸੀਂ ਦੇਖਿਆ ਵੀ ਪੰਜਾਬ ਦੇ ਕਈ ਪਿੰਡ ਜਿਹੜੇ ਕਿ ਤਬਾਹ ਹੋ ਗਏ ਸੀ 19 ਤੋਂ ਬਾਅਦ, ਹੁਣ ਫਿਰ 2023 'ਚ ਆਇਆ ਵਾ। ਪਰ ਕੀ ਲੱਗਦਾ ਨਹੀਂ ਸਰਕਾਰਾਂ ਨੂੰ ਜਦੋਂ ਹੜ੍ਹ ਤੋਂ ਆਉਣ ਤੋਂ ਪਹਿਲਾਂ ਇਹ ਜਿਹੜੇ ਨੇ ਉਹਨਾਂ ਨੂੰ ਅਲਰਟ ਹੋ ਜਾਂਦੇ ਨੇ, ਉਹਨਾਂ ਪਤਾ ਲੱਗ ਜਾਂਦਾ ਵੀ ਹੜ੍ਹ ਆਉਣ ਵਾਲੇ ਨੇ, ਪਹਿਲਾਂ ਭੁਗਤਾਨ ਦੀ ਆਮ ਕਿਉਂ ਨਹੀਂ ਕੀਤੀ ਜਾਂਦੀ? ਜਿਹੜੇ ਤੁਸੀਂ ਦੱਸ ਰਹੇ ਹੋ ਵੀ ਵੱਡੇ ਵੱਡੇ ਬੰਨ ਜਿਹੜੇ ਨੇ ਉਹ ਕਿਉਂ ਨਹੀਂ ਲਾਏ ਗਏ ਜਦੋਂ ਪਿੰਡਾਂ ਦੇ ਪਿੰਡ ਰੁੜ ਜਾਂਦੇ ਨੇ, ਉਦੋਂ ਸਰਕਾਰ ਆ ਜਾਂਦੀਆਂ ਨੇ ਮੁਆਵਜ਼ਾ ਕਰਨ ਵਾਸਤੇ ਵੀ ਅਸੀਂ ਤੁਹਾਡੇ ਪਿੰਡਾਂ ਨੂੰ ਬਚਾਵਾਂਗੇ, ਅਸੀਂ ਗਾਂ ਤੋਂ ਧਿਆਨ ਰੱਖਾਂਗੇ? ਇਹ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਜੀ ਜਦੋਂ ਪਿੰਡ ਰੁੜ ਜਾਂਦੇ ਨੇ, ਫਿਰ ਹੀ ਕਿਉਂ ਗੱਲਾਂ ਕੀਤੀਆਂ ਜਾਂਦੀਆਂ ਨੇ? ਤੁਸੀਂ ਗੱਲ ਕੀਤੀ 2019 'ਚ ਹੜ੍ਹ ਆਏ, ਕਿਸੇ ਨੇ ਅਕਲ ਲਿੱਤੀ ਉਹਦੇ ਤੋਂ? ਆਪਾਂ ਕੋਈ ਅਕਲ ਲਿੱਤੀ? ਕਿਸੇ ਸਰਕਾਰ ਨੇ ਅਕਲ ਲਿੱਤੀ? ਅੱਜ ਮੈਂ ਇੱਥੇ ਪੋਸਟਰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਡਿਆ ਵਾਂ, ਕੋਈ 10,000 ਬੰਦਾ, ਕੋਈ 20,000 ਬੰਦਾ ਮੈਨੂੰ ਵੇਖ ਕੇ ਗਿਆ, ਤੁਸੀਂ ਵੀਡੀਓ ਕਰਨ ਆਏ ਹੋ, ਤੁਹਾਡੀ ਵੀਡੀਓ ਵੇਖੇਗਾ ਕੋਈ 1-2 ਲੱਖ ਬੰਦਾ ਵੇਖੇਗਾ, ਸਾਡੀ ਗਿਣਤੀ ਤਾਂ ਕਮ ਸੇ ਕਮ ਤੁਹਾਡੀ ਤਾਂ ਮੇਰੀ ਗਿਣਤੀ ਤਾਂ ਹੋਏਗੀ ਨਾ, ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰਨ 'ਤੇ ਆਏ ਸੀ ਨਾ, ਅਸੀਂ ਘਰ ਬਹਿ ਕੇ ਗੱਲਾਂ ਨਹੀਂ ਕੀਤੀਆਂ, ਵੀਡੀਓ ਵੇਖ ਕੇ ਯਾਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਆਏ ਹਾਂ, ਸਰਕਾਰਾਂ ਨੂੰ ਜਾਗਰੂਕ ਕਰਨੇ ਆ ਕਿ ਸਰਕਾਰ ਜੇ ਲੋਕਡਾਊਨ ਦੇ ਵਿੱਚ, ਕਰੋਨਾ ਕਾਲ ਦੇ ਵਿੱਚ ਘਰ 'ਚ ਬਿਠਾ ਸਕਦੀ ਨਾ ਲੋਕਾਂ ਨੂੰ, ਅਤੇ ਉਹ ਜਿਹੜੀ ਹੈ ਉਜਾੜਾ ਸਾਡਾ ਹੋਣ ਡਿਆ ਵਾ ਪੇੜ ਪੌਦਿਆਂ ਦਾ, ਪਾਣੀ ਦਾ, ਹਵਾ ਦਾ, ਉਹਦੀ ਵੀ ਰੋਕਥਾਮ ਸਰਕਾਰ ਕਰ ਸਕਦੀ ਹੈ। ਸਰਕਾਰ ਨੂੰ ਇੱਕ ਪਲੈਨਿੰਗ ਦੀ ਲੋੜ ਹੈ, ਇੱਕ ਆਪਣਾ ਖਾਖਾ ਤਿਆਰ ਕਰੇ ਕਿ ਕਿਹਦੇ ਅਧੀਨ ਕੰਮ ਕਰਨਾ। ਅਸੀਂ ਲੋਕ ਪਤਾ ਕੀ ਹਾਂ, ਹੁਣ ਤੁਸੀਂ ਵੇਖਿਆ ਹੈਗਾ ਅੰਮ੍ਰਿਤਸਰ ਦੇ ਵਿੱਚ ਕੈਮਰੇ ਲੱਗਣ ਡੇ ਆ, ਕਹਿੰਦੇ ਆ ਆਟੋਮੈਟਿਕ ਬਿੱਲ ਘਰ ਆਇਆ ਕਰਨੇ ਆ, ਚਲਾਨ ਕਰਨ ਦੀ ਲੋੜ ਨਹੀਂ, ਚਲਾਨ ਸਿੱਧਾ ਕੱਟ ਕੇ ਤੁਹਾਡੇ ਘਰ ਆਉਣਾ। ਹੁਣ ਤੁਸੀਂ ਵੇਖਿਓ ਅੰਮ੍ਰਿਤਸਰ ਦਾ ਕੋਈ ਬੰਦਾ ਜੈਬਰਾ ਲਾਈਨ ਕਰੋਸ ਨਹੀਂ ਕਰੇਗਾ, ਭਾਵੇਂ ਉਹਨੂੰ ਜਿੰਨੀ ਮਰਜ਼ੀ ਜਲਦੀ ਹੋਵੇ, ਉਹਨੂੰ ਪਤਾ ਮੈਂ ਕਰੋਸ ਕੀਤੀ, ਚਲਾਨ ਕੱਟ ਕੇ ਮੇਰੇ ਘਰ ਆ ਜਾਣਾ 2,000 ਦਾ, ਅਤੇ ਮੈਂ ਕਿੱਥੋਂ? ਪਰ ਅਸੀਂ ਉਹ ਲੋਕ ਆ, ਅਸੀਂ ਜਿੰਨੀ ਦੇਰ ਸਾਡੇ ਸਿਰ 'ਤੇ ਉੱਤੇ ਛਿੱਤਰ ਕਹਿ ਲਓ ਜਾਂ ਡੰਡਾ ਕਹਿ ਲਓ ਕਾਇਮ ਨਹੀਂ ਨਾ ਹੋਏਗਾ, ਅਸੀਂ ਨਹੀਂ ਬਦਲਦੇ। ਜਦੋਂ ਸਰਕਾਰ ਇੱਕ ਪੇੜ ਕੱਟਣ ਦੇ ਉੱਤੇ ਇੱਕ ਬੰਦੇ ਦੇ ਉੱਤੇ ਪਰਚਾ ਕਰਦੀ ਆ, ਅਤੇ ਜਦੋਂ ਏਜੰਸੀਆਂ, ਵੱਡੀਆਂ ਕੰਪਨੀਆਂ ਗੋਰਖ ਧੰਦੇ ਕਰਦੀਆਂ ਵਾ, ਆੜ
ਅਸੀਂ ਤਾਂ ਯਾਰ ਬੇੜਾ ਹੀ ਗਰਕ ਕਰਕੇ ਰਾਤ ਆਈ ਪਲੈਨਟ ਦਾ ਜਿਹੜਾ ਪ੍ਰਿਥਵੀ ਆਪਾਂ ਜਿਹਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰ ਲਈਏ, ਅੰਮ੍ਰਿਤਸਰ ਦੀ ਗੱਲ ਕਰ ਲਈਏ, ਜਿੱਥੇ ਅਸੀਂ ਰਹਿੰਦੇ ਅਸੀਂ ਉਹਦਾ ਬੇੜਾ ਗਰਕ ਕਰਤਾ ਅਤੇ ਜਾਣ ਨੂੰ ਅਸੀਂ ਚੰਦਰਮਾ ਦੀ ਗੱਲਾਂ ਕਰਨੇ ਕੋਈ ਫਾਇਦਾ ਨਹੀਂ ਗਾ। ਪਹਿਲਾਂ ਆਪਣਾ ਆਪ ਸਵਾਰੀਏ, ਆਪਣਾ ਆਲਾ ਦੁਆਲਾ ਸਾਫ਼ ਕਰੀਏ, ਸਾਫ਼ ਸੁਥਰਾ ਬਣਾਈਏ, ਪੇੜ ਪੌਦੇ ਲਾਈਏ। ਅਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਵੱਡੇ ਪੱਧਰ ਦੇ ਉੱਤੇ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਕਰੋ, ਨਹੀਂ ਤਾਂ ਜੇ ਅੱਜ 50 ਡਿਗਰੀ ਟੈਂਪਰੇਚਰ ਹੋਇਆ ਇਹ ਕੱਲ੍ਹ ਨੂੰ 55 ਹੀ ਹੋਣਾ, ਵਧਣਾ ਹੀ ਜੇ। ਅਤੇ ਅੱਜ ਕੱਲ੍ਹ ਤਾਂ ਯਾਰ 8ਵੀਂ ਦੇ ਪੜ੍ਹਨ ਦੇ ਬੱਚੇ ਨੂੰ ਹੀ ਪਤਾ ਲੱਗ ਗਿਆ ਵਾ ਕਿ ਧਰਤੀ 'ਚੋਂ ਪਾਣੀ ਮੁੱਕੀ ਜਾਂਦਾ, 20-25-15-20 ਸਾਲਾਂ 'ਚ ਪਾਣੀ ਖਤਮ ਹੋ ਜਾਣਾ ਪੰਜਾਬ 'ਚੋਂ, ਪੇੜ ਪੌਦੇ ਜਿਸ ਹਿਸਾਬ ਨਾਲ ਕੱਟੇ ਜਾਣ ਡੇ ਆ, ਅਤੇ ਗਰਮੀ ਦਾ ਟੈਂਪਰੇਚਰ ਹੋਰ ਵੱਧ ਜਾਣਾ, ਇਹ ਤਾਂ ਹਰ ਕਿਸੇ ਨੂੰ ਪਤਾ। ਅਤੇ ਜੇ ਸਾਨੂੰ ਸਾਰਿਆਂ ਨੂੰ ਪਤਾ ਤਾਂ ਉਹਦੇ ਕਾਰਵਾਈ ਕੌਣ ਕਰੇਗਾ, ਉਹਨੂੰ ਰੋਕੇਗਾ ਕੌਣ? ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਇਹਨੂੰ ਰੋਕੇ, ਔਰ ਅਸੀਂ ਲੋਕਾਂ ਦਾ ਸਾਥ ਦੇਵਾਂਗੇ ਨਾਲ। ਗੱਲ ਕਰੀਏ ਮੰਡੀ ਵੀਰ, ਅਸੀਂ ਦੇਖਿਆ ਵੀ ਹਮੇਸ਼ਾ ਹੀ ਪਾਣੀ ਦੇ ਮੁੱਦਿਆਂ 'ਤੇ ਬਹਿਸ ਹੁੰਦੀ ਆ, ਪਾਣੀ ਦੇ ਮੁੱਦਿਆਂ 'ਤੇ ਗੱਲ ਹੁੰਦੀ ਆ, ਹਮੇਸ਼ਾ ਹੀ ਗੱਲਾਂ ਕੀਤੀਆਂ ਜਾਂਦੀਆਂ ਪਾਣੀ ਮੁੱਦੇ ਵੀ ਪੰਜਾਬ ਦਾ ਪਾਣੀ ਜੀ ਫਲਾਣੇ ਇਲਾਕੇ ਦੇਣਾ ਚਾਹੀਦਾ, ਪਰ ਅੱਜ ਤੋਂ ਪਾਣੀ ਪਾਣੀ ਹੋ ਗਿਆ ਪੰਜਾਬ, ਅੱਜ ਕਿਉਂ ਨਹੀਂ ਪਾਣੀ ਦਿੱਤਾ ਗਿਆ ਜਾਂ ਅੱਜ ਕਿਉਂ ਨਹੀਂ ਮੰਗ ਕਰ ਰਹੇ ਵੀ ਸਾਨੂੰ ਪਾਣੀ ਦੀ ਲੋੜ ਆ? ਕਿਸ ਤਰ੍ਹਾਂ ਦੇਦੇ ਜੀ ਕਿ ਲੱਗਦਾ ਨਹੀਂ ਅੱਜ ਜੇਕਰ ਪਾਣੀ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਪੰਜਾਬ ਜਿਹੜਾ ਸੀ ਇਹ ਰੁੰਡੋਂ ਬਚ ਜਾਂਦਾ? ਬਿਲਕੁਲ ਗਰੇਵਾਲ ਸਾਹਿਬ, ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਬੜੀਆਂ ਨੌਨਸੈਂਸ ਗੱਲਾਂ ਜੇ ਇਹ ਜਿਹੜੀਆਂ ਪਾਣੀ ਦੇ ਮੁੱਦੇ ਵਾਰ ਵਾਰ ਛੇੜੇ ਜਾਂਦੇ ਆ ਇਹ ਸਿਰਫ ਰਾਜਨੀਤੀ ਚਮਕਾਉਣ ਵਾਸਤੇ ਆ। ਮੈਨੂੰ ਦੱਸੋ ਦਰਿਆਵਾਂ ਦਾ ਪਾਣੀ ਤਾਂ ਉਂਝ ਹੀ ਵਗਣ ਡਿਆ, ਕਿਹੜੇ ਤੁਸੀਂ ਬੰਦ ਲਾ ਕੇ ਜਿਹੜੇ ਤੁਸੀਂ ਇੱਥੇ ਤੁਸੀਂ ਦੱਸੋ ਮੈਨੂੰ ਕਿ ਵੱਡੇ ਕੰਟੇਨਰ ਬਣਾਏ ਜਿੱਥੇ ਤੁਸੀਂ ਡੈਮ ਬਣਾਏ ਜਿੱਥੇ ਤੁਸੀਂ ਪਾਣੀ ਸਟੋਰ ਕਰ ਲੈਣਾ, ਕਿਹੜੀਆਂ ਗੱਲਾਂ? ਕੁਦਰਤ ਦਾ ਪਾਣੀ ਵਗਦਾ ਵੀ ਪਿਆ, ਰੁੜਦਾ ਵੀ ਪਿਆ, ਉਹਨੂੰ ਬਚਾਉਣ ਦਾ ਇੱਕ ਤਰੀਕਾ ਬਣਾਇਆ ਜਾਵੇ, ਉਹਨੂੰ ਸਹੀ ਜਗ੍ਹਾ 'ਚ ਵਰਤੋਂ ਕੀਤੀ ਜਾਵੇ। ਅਤੇ ਐਵੇਂ ਬਿਆਨਬਾਜ਼ੀਆਂ ਦੇਈ ਜਾਣੀਆਂ ਜੀ ਅਸੀਂ ਰੋਕ ਲਾਂਗੇ, ਅਸੀਂ ਨਹੀਂ ਭੇਜਾਂਗੇ, ਅਤੇ ਪਾਣੀ ਤਾਂ ਉਦਾਂ ਤਰ੍ਹਾਂ ਹੀ ਜਾਣ ਡੇ। ਮੈਂ ਤਾਂ ਕੋਈ ਬੰਦ ਵੇਖੇ ਨਹੀਂ ਲੱਗੇ, ਕਦੇ ਤੁਸੀਂ ਦੇਖੇ ਕਿਤੇ ਬੰਦ ਕਿਤੇ ਸਰਕਾਰ ਪੰਜਾਬ ਦੀ ਸਰਕਾਰ ਕਿਤੇ ਪਾਣੀ ਸਟੋਰ ਕਰਦੀ ਹੋਵੇ ਜਾਂ ਮੂੰਹ ਮੋੜਦਾ ਹੋਵੇ ਪਾਣੀ ਦਾ, ਕਹਿ ਆਉਂਦੀਆਂ ਗੱਲਾਂ ਵਾ ਪੁਰਾਣੀਆਂ ਸਰਕਾਰਾਂ ਵੀ ਬਿਆਨਬਾਜ਼ੀਆਂ ਕਰਦੀਆਂ ਸੀ, ਅਸੀਂ ਉਹਨੂੰ ਪਾਣੀ ਨਹੀਂ ਦੇਵਾਂਗੇ, ਉਹਨੂੰ ਉਹੀ ਉਹਨੂੰ ਪਾਣੀ ਦਵਾਂ, ਅਤੇ ਉਹ ਕਹਿੰਦੇ ਦੀਵੇ ਥੱਲੇ ਨੇਰਾ, ਉੱਤੇ ਬਿਆਨ ਕਰਨ ਦੇ ਥੱਲੇ ਪਾਣੀ ਲੰਘਣ ਡਿਆ ਵਾ, ਅਤੇ ਉੱਥੇ ਹੀ ਲੋਕ ਬਿਆਨ ਦੇਈ ਜਾਂਦੇ ਅਸੀਂ ਪਾਣੀ ਨਹੀਂ ਦੇਵਾਂਗੇ, ਕਿਸੇ ਨੂੰ ਨਹੀਂ ਦੇਵਾਂਗੇ ਜੀ, ਹਰਿਆਣੇ ਨੂੰ ਵੀ ਨਹੀਂ ਦੇਵਾਂਗੇ, ਦਿੱਲੀ ਨੂੰ ਵੀ ਨਹੀਂ ਦੇਵਾਂਗੇ, ਅਤੇ ਪਾਣੀ ਉਸੇ ਤਰ੍ਹਾਂ ਜਾਈ ਜਾਂਦਾ ਪਿਆ ਵਾ। ਇਹ ਬਿਆਨਬਾਜ਼ੀਆਂ ਦੇ ਚੱਕਰ 'ਚੋਂ ਬਚਣਾ ਚਾਹੀਦਾ ਵਾ, ਸਾਨੂੰ ਕੁਦਰਤੀ ਸਰੋਤ ਮਿਲੇ ਆ ਉਹਦੀ ਸਹੀ ਵਰਤੋਂ ਕਰੀਏ, ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰੀਏ। ਅਤੇ ਜੇ ਅੱਜ ਨਹੀਂ ਸਮਝਾਂਗੇ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ, ਇਸ ਤੋਂ ਵੱਡੇ ਪ੍ਰਲੈ ਵੀ ਆਉਣਗੇ, ਇਸ ਤੋਂ ਵੱਡਾ ਵਿਨਾਸ਼ ਵੀ ਸਾਡਾ ਹੋਏਗਾ ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕਰਾਂਗੇ। ਜਿਹੜੀ ਉਸ ਕਾਇਨਾਤ ਦੇ ਮਾਲਕ ਨੇ ਜਿਹੜੀ ਕਾਇਨਾਤ ਬਣਾਈ ਆ ਉਹ ਸਾਡੀ ਸੋਚ ਤੋਂ, ਸਾਡੀ ਸਾਇੰਸ ਦੀ ਸੋਚ ਤੋਂ ਬਹੁਤ ਪਰੇ ਬਣਾਈ ਆ। ਅਤੇ ਅਸੀਂ ਦੋ ਚਾਰ ਅਵਿਸ਼ਕਾਰ ਕਰਕੇ ਨਾ, ਇੱਕ ਗੱਲ ਹੋਰ ਤੁਸੀਂ ਨੋਟ ਕਰਿਓ, ਜਿਹੜੀ ਉਸ ਮਾਲਕ ਨੇ ਜਿਹੜੀ ਚੀਜ਼ਾਂ ਦੇ ਅਵਿਸ਼ਕਾਰ ਕੀਤੇ ਨਾ, ਉਹਦਾ ਕਦੀ ਸਾਈਡ ਇਫੈਕਟ ਕਿਸੇ ਬੰਦੇ ਨੂੰ ਨਹੀਂ ਹੋਏਗਾ। ਕਦੀ ਹਵਾ ਦਾ ਸਾਈਡ ਇਫੈਕਟ ਸੁਣਿਆ ਤੁਸੀਂ? ਕਦੀ ਪਾਣੀ ਦਾ ਸਾਈਡ ਇਫੈਕਟ ਸੁਣਿਆ? ਕਦੀ ਦਰਖਤ ਦਾ ਸਾਈਡ ਇਫੈਕਟ ਸੁਣਿਆ ਕਿਸੇ ਬੰਦੇ ਨੂੰ? ਹੋ ਜੇ ਇਨਸਾਨ ਹੈ, ਜੇ ਫੋਨ ਬਣਾਏ ਉਹਦਾ ਸਾਈਡ ਇਫੈਕਟ ਵੇਖ ਲਓ, ਕਾਰਾਂ ਬਣਾਈਆਂ ਉਹਦਾ ਸਾਈਡ ਇਫੈਕਟ ਹੈਗਾ ਵਾ, ਜੇ ਬੰਦੇ ਨਾਲ ਕੋਈ ਪਲੇਨ ਬਣਾਏ ਟ੍ਰੇਨਾਂ ਬਣਾਈਆਂ ਉਹਨਾਂ ਦੇ ਸਾਈਡ ਇਫੈਕਟ ਹੈਗੇ ਆ। ਮਾਨਵ ਜਿਹੜਾ ਬੰਦਾ ਚੀਜ਼ ਬਣਾਉਂਦਾ ਹਮੇਸ਼ਾ ਉਹਦਾ ਸਾਈਡ ਇਫੈਕਟ ਹੁੰਦਾ ਹੀ ਹੁੰਦਾ ਇਨਸਾਨ ਨੂੰ ਹੀ, ਪਰ ਜਿਹੜਾ ਮਾਲਕ ਉਹ ਚੀਜ਼ ਬਣਾਉਂਦਾ ਨਾ ਉਹਦਾ ਕੋਈ ਸਾਈਡ ਇਫੈਕਟ ਨਹੀਂ। ਉਸ ਤੋਂ ਵੱਡਾ ਕਲਾਕਾਰ, ਉਸ ਮਾਲਕ ਤੋਂ ਵੱਡਾ, ਉਸ ਕੁਦਰਤ ਦੇ ਜਿਹੜਾ ਰਚਾਇਤਾ ਹੈਗਾ ਵਾ, ਉਸ ਤੋਂ ਵੱਡਾ ਕੋਈ ਸਾਇੰਟਿਸਟ ਨਹੀਂ ਹੋ ਸਕਦਾ। ਆਪਾਂ ਕੁਦਰਤ ਨੂੰ ਚੈਲੰਜ ਨਹੀਂ ਕਰ ਸਕਦੇ, ਕੁਦਰਤ ਦੇ ਦਿੱਤੀਆਂ ਹੋਈਆਂ ਚੀਜ਼ਾਂ ਦਾ ਸ਼ੁਕਰ ਮਨਾ ਕੇ ਉਹਨੂੰ ਤਰੀਕੇ ਨਾਲ ਵਰਤੀਏ। ਸਾਰੀਆਂ ਸਰਕਾਰਾਂ, ਸਾਰੇ ਜਣੇ ਆਪਾਂ ਰਲ ਕੇ ਉਪਰਾਲਾ ਮਾਰੀਏ, ਹੱਲਾ ਮਾਰੀਏ, ਨਹੀਂ ਤਾਂ ਇਸ ਤੋਂ ਵੱਡੇ ਵਿਨਾਸ਼ ਵਾਸਤੇ ਸਾਨੂੰ ਤਿਆਰੀ ਕੱਸ ਲੈਣੀ ਚਾਹੀਦੀ ਹੈ। ਲੱਗਦਾ ਨਹੀਂ ਕਹਿੰਦੇ ਬੰਟੀ ਵੀਰ ਜੀ, ਜਿਵੇਂ ਆਪਾਂ ਗੱਲ ਕੀਤੀ, ਕਹਿੰਦੇ 21ਵੀਂ ਸਦੀ ਆ ਗਈ ਹੈ, ਕਹਿੰਦੇ ਵੀ ਲੋਕ ਜਿਵੇਂ ਤੁਸੀਂ ਗੱਲ ਕੀਤੀ ਕੁਦਰਤ ਦਾ ਖਿਲਵਾੜ ਕੀਤਾ ਜਾ ਰਿਹਾ, ਕਹਿੰਦੇ ਹਮੇਸ਼ਾ ਹੀ ਜਿਹੜਾ ਕਿ ਜੰਮਣਾ ਅਤੇ ਮਰਨਾ ਕਹਿੰਦੇ ਉਸ ਪਰਮਾਤਮਾ ਦੇ ਹੱਥ ਆ। ਪਰ ਅਸੀਂ ਦੇਖਿਆ ਅੱਜ ਕੱਲ੍ਹ ਡਾਕਟਰਾਂ ਵੱਲੋਂ ਵੀ ਜਦੋਂ ਬੱਚਾ ਜੰਮਣ ਵਾਲਾ ਹੁੰਦਾ ਤਾਂ ਪਹਿਲਾਂ ਹੀ ਘਰਦਿਆਂ ਨੂੰ ਤਰੀਕ ਦੇ ਦਿੰਦੇ ਵੀ ਇਹ ਫਲਾਣੀ ਤੀਕ ਨੂੰ ਤੁਹਾਡੇ ਘਰੇ ਬੱਚਾ ਹੋ ਜਾਣਾ, ਅਤੇ ਜਾਂ ਜਦੋਂ ਕਿਸੇ ਦੀ ਮੌਤ ਹੋਣ ਲੱਗਦੀ ਆ ਉਹ ਵੀ ਦੱਸ ਦਿੰਦੇ ਡਾਕਟਰ ਵੀ ਇਹਨੇ ਫਲਾਣੇ ਨੂੰ ਤਰੀਕ ਨੂੰ ਚਲੇ ਜਾਣਾ। ਕੀ ਲੱਗਦਾ ਨਹੀਂ ਵੀ ਕਿਤੇ ਕੁਦਰਤ ਦਾ ਖਿਲਵਾੜ ਹੁੰਦਾ? ਜਿਹੜੇ ਰੱਬ ਨੇ ਦੋ ਚੀਜ਼ਾਂ ਆਪਣੇ ਹੱਥ 'ਚ ਰੱਖੀਆਂ ਵਾ, ਜਨਮ ਅਤੇ ਮੌਤ, ਉਹ ਵੀ ਜਿਹੜੇ ਡਾਕਟਰ ਹੁਣ ਭਵਿੱਖਬਾਣੀ ਕਰ ਜਾਂਦੇ ਆ, ਕੀ ਲੱਗਦਾ ਨਹੀਂ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਆਪਾਂ 50 ਸਾਲ ਲਾ ਕੇ 100 ਸਾਲ ਲਾ ਕੇ ਜਿੱਥੋਂ ਤੱਕ ਪਹੁੰਚਦੇ ਹਾਂ ਨਾ, ਅਤੇ ਮਾਲਕ ਇੱਕ ਤਿਨਕੇ ਦੇ ਵਿੱਚ ਸਾਨੂੰ ਡਾ ਕੇ ਉਹ ਮਾਰਦਾ, ਫਿਰ 50 ਸਾਲ ਪਿੱਛੇ ਪਾ ਦਿੰਦਾ। ਹੜ੍ਹ ਵੇਖ ਲਓ, ਅਵਿਨਾਸ਼ ਹੋਏ, ਕਰੋਨਾ ਕਾਲ ਆਇਆ, ਕਿੰਨਾ ਹੀ ਕਹਿੰਦੇ ਸੀ ਕਿ ਅਸੀਂ ਮੈਡੀਕਲ ਦੇ ਵਿੱਚ ਇੰਨੀ ਤਰੱਕੀ ਕਰ ਲਈ ਆ, ਫੋਰ ਇਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ, ਇਹ ਹੁਣੇ ਹੀ ਨਿਕਲਿਆ ਸਾਡੇ ਸਾਹਮਣੇ ਸਾਰਿਆਂ ਦੇ, ਅਤੇ ਆਪਾਂ ਲਾਸ਼ਾਂ ਸਾਡੇ ਕੋਲ ਸਾਂਭੀਆਂ ਨਹੀਂ ਗਈਆਂ, ਅਸੀਂ ਲਾਸ਼ਾਂ ਇਕੱਠੀਆਂ ਕਰਕੇ ਫੂਕਣੀਆਂ ਪਈਆਂ ਲੋਕਾਂ ਨੂੰ, ਲੋਕਾਂ ਨੂੰ ਦਬਾਉਣ ਵਾਸਤੇ ਆਪਣੇ ਘਰਦਿਆਂ ਨਾਲ ਹੱਥ ਨਹੀਂ ਲਾਇਆ ਲਾਸ਼ ਨੂੰ, ਇਹਨੂੰ ਪਰੇ ਕਰਕੇ ਯਾਰ ਦੱਬ, ਜੇ ਕੋਈ ਦਬਾਉਣ ਵਾਲਾ ਇਹਨੂੰ ਪਤਾ ਨਹੀਂ ਦੱਬਿਆ ਵੀ ਕਿ ਨਹੀਂ, ਇਹਨੂੰ ਯਾਰ ਕਰ ਆਪਣੇ ਨਬੇੜ ਨਾਲ ਫੂਕ ਫੱਕ ਦਿਓ, ਲੋਕੀ ਆਪਣੇ ਘਰਦਿਆਂ ਸਕਿਆਂ ਦੇ ਕੋਲ ਜਾ ਕੇ ਨਹੀਂ ਵੇਖਿਆ, ਅਤੇ ਕਿੰਨੇ ਸਾਲ ਲੱਗੇ ਸਾਨੂੰ ਸਾਇੰਸ ਦੀ ਤਰੱਕੀ ਦੀ ਗੱਲ ਕਰਦੇ, ਇੱਕ ਮਾਲਕ ਨਾਲ ਆਇਆ ਕਰੋਨਾ ਕਾਲ ਸਾਡੇ ਕੋਲ ਸਾਂਭਿਆ ਨਹੀਂ ਗਿਆ। ਕੁਦਰਤ ਦਾ ਕਹਿਰ ਹੈ, ਬਿਲਕੁਲ, ਅਸੀਂ ਪੰਗੇ ਲਿੱਤੇ, ਜੋ ਮਰਜ਼ੀ
झपकन के टाइम तो पहला ये कोई मैं राज मैं कोई गुरु नहीं गा तो या कोई मैं बहुत धार्मिक वो नहीं गा कि संत गाव गल कर रहा पर जो सच है वह सच है। कुदरत परमात्मा साइंस नहीं कट सकती हाल तक तो 200-400 साल नहीं कट सकती 200-400 साल बाद पता नहीं की बन जाए साइंस का मैनू नहीं पता पर हजे जो हालात ने साढ़े को तो इन्नी क माड़ी जी आ दरिया ही माड़े जी इधर उधर होए है तो साड़िया चीकं निकल गई वै कहते चंद्रमा के प्लाट कड़ने हैं तो साडा हाल की करता कि अग्गा दौड़ तो पिछा चौड़ करता चंद्रमा के प्लाट कड़ने हैं तो पृथ्वी साढ़े को सामी नहीं जान दी महाराज ने थोड़ा जहा पानी उपर थले किया तो साढ़े पिंडा के पिंड तबाह पैलिया के पैलिया तबाह घर के घर तबाह हो गए तो किन्ने साल लगे उन्होंने घर बनाते पुछ लो जिन्हें घर तबाह हो जाकर डिगे उन्होंने पुछ लो 50 साल लगे कि नहीं अगे काम घर बनाते सो इस करके उस दे मालक की दिती दातों हाथ जोड़ यार कमाल होगी मालक की चीज़ दी तो मैं वो उत्ते ही अपने कब्जा करके तो अपनी वाह वाह ही लुटी जाना पाया दसो साइंस ने पानी नवा बनाता अपना हवा अपनी बना ली है जान लोग मुरदियां च जान पानी शुरू करती साइंस ने मालक दित्तियां चीज़ा पानी मालक का दिता हवा रब की दिती बंदे जान रब की दिती आज सीना धड़कन दिया पता कोई नहीं इतों जाते कहते जी वो साइंस दस दे क्या बंदा फलाने दिन मर जाएगा मैं मान जाना कोई इन्हें किसी की गरंटी दे दे क्या बंदा जी 3 दिन जिंदा रहेगा 3 दिन बाद मर जाएगा कर देगा कभी कहते भी सुन जाए कहते भी हम कहते भी साइंस ने भी एक चीज़ बना ली है जी कि जिथे मर्जी मीह पवा सकती है ये कि सच्चाई है कि लगता नहीं भी कुदरत ने अपने हाथ रखा से मीह का काम भी यही हम उन्होंने फंडिया अपने एक तुम मैं एक गल दस देव जे ना ये चीज़ा वाह वारी लुट्ट वास्ते मैं भी सुनया हुआ कि छोटा जहा बदल लिया के तो कर देंगे तो एक ती जगह माड़ा जहा 200-400 गज के उत्ते मीह पवा दोगे तो बाकी दुनिया का की करोगे एक इन्हों तक गल दसा एक साइंस न अपना एक्सपैरीमेंट करने वास्ते पता नहीं किन्ने जनिया का नुकसान भी करना पैंता है किन्नी जनिया ने पंगे स कुदरत ना लेने पैंते हैं। मैं सरकार को भी बेनती करता वा साइंस जिनी तरक्की करती भी वधिया तरीके तरक्की करे पर नाल तरक्की दे नाल नाल जिहड़े कुदरती स्रोत हैगे आ उन्हां नूं बचाण दे उत्ते जोर देना चाहिए। अज तुसीं मैं वीडियो करन देना कई जणिआं ने वीडियो वेखनी है कईआं नूं समझ लग जाणी है कईआं नूं अपनी वीडियो समझ नहीं लगनी उन्हें थले कमेंट मारने एवें टाइम वेस्ट करी जांदे आ। अज असीं रौला पाउण डे आ बच जो तबाही वाल वधण डे आ ना तबाही वाल वधीए पानी अही खत्म कर लिया वा हवा ही दूषित कर ली है साढ़े बच्चे कल नूं की लैणगे जदों अज तो 20 साल बाद साडी वीडियो कढ के वेखी जाएगी ना उही लोग अपने मूँह ते चपेड़ा मारनगे कि यार असी वाकई सही गल पते पई। मैं बड़े पंजाबी सीधे लफ्ज़ां च तुहानूं कहना चाहुंदा कुदरत दे स्रोत बचाईए आपां पोल्यूशन ना क्रिएट करिए सरकारां दा साथ दईए ते सरकारां नूं वी बेनती है कि इस चीज़ वाल आपां गंभीरता नाल ध्यान दईए तां जो मानवता जात जिहड़ी मानवता दी जात उह बच सके नहीं तो इस तो वड्डे वड्डे विनाशों वास्ते तैयारी खिंच लेनी चाहिए सानूं। धन्यवाद जी ये सी गलबात की बंटी वीर तुसीं देखिया जिहड़े समाज सेवी ने ਤੇ ਜਦੋਂ ਦੀ ਕੁਦਰਤ ਦਾ ਜਿਹੜਾ ਕਹਿਰ ਕਹਿ ਲਓ ਵੀ ਜਿਹੜੀ ਤਬਾਹੀ ਮਚੀ ਆ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬਾਹਰ ਤੁਸੀਂ ਦੇਖਿਓ ਕਿਸ ਤਰ੍ਹਾਂ ਹੜਾ ਦੇ ਨਾਲ ਪਿੰਡਾਂ ਦੇ ਪਿੰਡ ਜਿਹੜੇ ਕਿ ਤਬਾਹ ਹੋ ਰਹੇ ਨੇ ਉਸ ਨੂੰ ਲੈ ਕੇ ਵੀ ਅੱਜ ਜਿਵੇਂ ਬੰਟੀ ਵੀਰ ਨੇ ਕਿਹਾ ਵੀ ਸਾਨੂੰ ਕਦੇ ਵੀ ਕੁਦਰਤ ਦੇ ਨਾਲ ਖਿਡਵਾੜ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਹੀ ਕੁਦਰਤ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਵਾ ਖਾਸ ਕਰਕੇ ਸਾਨੂੰ ਜਿਹੜੇ ਪਾਣੀਆਂ ਦੀ ਗੱਲ ਕੀਤੀ ਜਿਵੇਂ ਜਾਂ ਹੋਰ ਇਹਨਾਂ ਗੱਲਬਾਤ ਕੀਤੀ ਜਿਵੇਂ ਵੀ ਪ੍ਰਦੂਸ਼ਣ ਨੂੰ ਲੈ ਕੇ ਦਰਖਤ ਜਿਹੜੇ ਹਮੇਸ਼ਾ ਲਾਉਣੇ ਚਾਹੀਦੇ ਨੇ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਹਮੇਸ਼ਾ ਹੀ ਇਹ ਜਿਹੜੇ ਦਰਖਤ ਲਾਵਾਂਗੇ ਸਾਡੀ ਆਉਣ ਵਾਲੀ ਪੀੜ੍ਹੀਆਂ ਤੱਕ ਜਿਹੜੀਆਂ ਬੱਚੇ ਰਹਿਣਗੀਆਂ ਅਤੇ ਅਸੀਂ ਕਦੇ ਵੀ ਆਪਣੇ ਆਪ ਨੂੰ ਜਿਹੜਾ ਸੇਮ ਮਹਿਸੂਸ ਕਰਦੇ ਰਹਾਂਗੇ ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁਦਰਤ ਦਾ ਖਿਲਵਾੜ ਕਰਦੇ ਰਹਾਂਗੇ ਉਹ ਕਿਤੇ ਨਾ ਕਿਤੇ ਜਿਹੜੀ ਕੁਦਰਤ ਸਾਡੇ 'ਤੇ ਹੈਵੀ ਹੋ ਜਾਊਗੀ ਅਤੇ ਜਿਹੜਾ ਕੁਦਰਤ ਦਾ ਖਿਲਵਾੜ ਕਰੇਗਾ ਉਹ ਅਸੀਂ ਖੁਦ ਇਸ ਤਬਾਹੀ ਦਾ ਜਿਹੜੇ ਕਿ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ। ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ।